ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਬਾਬਾ ਇਕਬਾਲ ਸਿੰਘ ਜੀ ਨਾਲ। ਬਾਬਾ ਇਕਬਾਲ ਸਿੰਘ ਜੀ ਕਲਗੀਧਰ ਟਰੱਸਟ ਦੇ ਚੇਅਰਮੈਨ ਹਨ ਅਤੇ ਇਹਨਾਂ ਵੱਲੋਂ 129 ਅਕਾਲ ਅਕੈਡਮੀਆਂ ਪੂਰੇ ਹਿੰਦੁਸਤਾਨ ਵਿੱਚ ਚਲਾਈਆਂ ਜਾ ਰਹੀਆਂ ਨੇ। ਇਹਨਾਂ ਦਾ ਟੀਚਾ ਹੈ 500 ਐਸੀਆਂ ਅਕੈਡਮੀਆਂ ਅਸਟੈਬਲਿਸ਼ ਕਰਨੀਆਂ ਜਿੱਥੇ ਕਿ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਦਾਨ ਕੀਤੀ ਜਾਵੇ ਪਰ ਨਾਲ ਸਿੱਖੀ ਨਾਲ ਵੀ ਜੋੜਿਆ ਜਾਵੇ। ਨਾਲ ਹੀ ਉਹਨਾਂ ਵੱਲੋਂ ਦਮਦਮਾ ਸਾਹਿਬ ਵਿੱਚ ਇੱਕ ਨਵੀਂ ਯੂਨੀਵਰਸਿਟੀ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਹੜੀ ਕਿ ਉਹਨਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਵਿੱਚ ਪਹਿਲੀ ਯੂਨੀਵਰਸਿਟੀ ਹੋਵੇਗੀ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਜੋ ਹੈ ਉਹ ਲੋਕਾਂ ਨੂੰ ਦਿੱਤੀ ਜਾਵੇਗੀ। ਹਾਲ ਹੀ ਵਿੱਚ ਉਹ ਸਰੀ ਆਏ ਸੀ ਅਤੇ ਅਸੀਂ ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਪਿਛੋਕੜ ਜਾਣਨਾ ਚਾਹੂੰਗੇ ਕਿ ਤੁਸੀਂ ਕਿਵੇਂ ਇਸ ਪਾਸੇ ਨੂੰ ਲੱਗੇ ਕਿ ਮਨ ਵਿੱਚ ਖਿਆਲ ਆਇਆ ਕਿ ਸਕੂਲਸ ਦੇ ਰਾਹੀਂ ਅਤੇ ਯੂਨੀਵਰਸਿਟੀ ਅਸਟੈਬਲਿਸ਼ ਕਰਕੇ ਜੋ ਹੈ ਵਿੱਦਿਆ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਜਾਏ। ਦੇਖੋ ਉਸ ਵੇਲੇ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਤੋਂ 5 ਸਾਲ ਦਾ ਹੁੰਦਾ ਸੀ ਉਦੋਂ ਮੇਰੀ ਮਾਂ ਮੈਨੂੰ ਧਰੂਵ ਪ੍ਰਹਲਾਦੀਆਂ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਦੀ ਕਹਾਣੀ ਸੁਣਾਉਂਦੀ ਹੁੰਦੀ ਸੀ ਜੀ। ਉਹ ਕਿਸ ਤਰ੍ਹਾਂ ਉਹਨਾਂ ਨੇ ਪੁੱਤਰ ਕੀਤਾ ਤੂੰ ਉਸ ਤਰ੍ਹਾਂ ਦਾ ਬਣਨਾ ਉਸ ਤਰ੍ਹਾਂ ਤਾਂ ਪ੍ਰੇਮ ਨਾਲ ਕਹਾਣੀਆਂ ਸੁਣਾਉਣੀਆਂ ਕਿ ਮੁੰਡਾ ਮੇਰਾ ਚੰਗਾ ਬਣੇ। ਉਹ ਕਹਾਣੀਆਂ ਸੁਣ ਕੇ ਮੇਰੇ ਅੰਦਰੋਂ ਮੋਹ ਹੀ ਟੁੱਟ ਗਿਆ ਮਾਂ ਪਿਓ ਦਾ ਭੈਣ ਭਰਾ ਦਾ ਮੈਂ ਇਹ ਜਨਮ ਦੇ ਵਿੱਚ ਦੇ ਗੁਰੂ ਗੋਬਿੰਦ ਸਿੰਘ ਦਾ ਮਹਾਰਾਜ ਦਾ ਸਿੱਖ ਬਣਨਾ ਗੁਰੂ ਨਾਨਕ ਦਾ ਸਿੱਖ ਬਣਨਾ ਮੈਂ ਤਾਂ ਨਾਮ ਬਣ ਜਪ ਕੇ ਇੱਧਰ ਲੱਗਾ ਉਹ ਮੇਰਾ ਟਰਨਿੰਗ ਪੁਆਇੰਟ ਸੀ। ਪੜ੍ਹਦਾ ਵੀ ਰਿਹਾ ਉਹ ਡਰ ਉਦੋਂ ਡਰ ਹੁੰਦਾ ਸੀ ਮਾਂ ਪਿਓ ਦਾ ਉਦੋਂ ਡਰ ਦੇ ਮਾਰ ਪੜ੍ਹਦਾ ਰਿਹਾ ਜੀ। ਜਦੋਂ ਬਾਬਾ ਦੀਪ ਸਿੰਘ ਦੀ ਫੋਟੋ ਦੇਖੀ ਸ਼ਹਿਰ ਦੇ ਵਿੱਚ ਅਸੀਂ ਪੜ੍ਹਦੇ ਸੀ ਪਿੰਡੋਂ ਆ ਕੇ ਅਤੇ ਬਾਬਾ ਦੀਪ ਸਿੰਘ ਦੀ ਫੋਟੋ ਮੈਨੂੰ ਪਤਾ ਹੀ ਨਹੀਂ ਸੀ ਵੀ ਕਿਹਦੀ ਫੋਟੋ ਆ। ਉਹ ਸਾਡਾ ਕੁੱਕ ਜਿਹੜਾ ਹੁੰਦਾ ਸੀ ਬੋਰਡਿੰਗ ਬੋਰਡਿੰਗ ਹਾਊਸ ਦਾ ਉਹ ਮਹਿਰਾ ਸੀ ਉਹ ਜਾਣਦਾ ਸੀ ਇਹਦੇ ਬਾਰੇ। ਮੈਂ ਉਹਨੂੰ ਪੁੱਛਿਆ ਕਿ ਫੋਟੋਗ੍ਰਾਫਰ ਦੀ ਫੋਟੋ ਮੈਂ ਉਹ ਇਹ ਕਿਹੜਾ ਤੁਹਾਡਾ ਦੇਵਤਾ ਆ ਇਹ ਪਤਾ ਸੀ ਹਨੂੰਮਾਨ ਨੇ ਪਹਾੜ ਚੁੱਕ ਕੇ ਲੈ ਗਿਆ ਸੀ ਉਹ ਰਾਮ ਚੰਦਰ ਜੀ ਨੇ ਬੁਰਾ ਬੂਟੀ ਲੈਣੀ ਸੀ ਅਤੇ ਮੈਂ ਕਿਹਾ ਇਹ ਵੀ ਇਹਨਾਂ ਦਾ ਤਾਂ ਦੇਵਤਾ ਹੋਏਗਾ ਜਿਹੜਾ ਸਿਰ ਤਾੜੀ ਤੇ ਧਰ ਤੇ ਆਪਣਾ ਖੰਡਾ ਲੈ ਕੇ ਬਾਹਰ ਜਿਹੜਾ ਕਹਿੰਦਾ ਸਾਡਾ ਤਾਂ ਦੇਵਤਾ ਇਹ ਤੁਹਾਡਾ ਸਿੱਖ ਆ ਫਿਰ ਹੁਣ ਜਿਹਨੇ ਉਹ ਮਹਿਰਾ ਸੀ ਹਾਲਾਂਕਿ ਹਿੰਦੂ ਸੀ ਚਾਰਾ ਸਾਰੇ ਸਿੱਖੀ ਜਾਣਦਾ ਸੀ ਉਸਨੇ ਜੋ ਜੋ ਦੱਸਿਆ ਮੈਨੂੰ ਉਹਦਾ ਉਸ ਦਿਨ ਤੋਂ ਮੇਰੇ ਦੇ ਦਿਲ ਦੇ ਵਿੱਚ ਤਾਂ ਹੋ ਕੇ ਮੈਂ ਅੰਮ੍ਰਿਤ ਛਕਣਾ। ਹੁਣ ਅੰਮ੍ਰਿਤ ਛਕਣ ਵਾਸਤੇ ਮੇਰਾ ਪਿਓ ਜਗੀਰਦਾਰ ਸੀ ਉਸਦੇ ਉਹ ਐਂਟੀ ਜਿਹੜੇ ਅੰਮ੍ਰਿਤ ਛਕਦੇ ਸੀ ਨਾ ਐਂਟੀ ਗੌਰਮੈਂਟ ਗਿਣੇ ਜਾਂਦੇ ਸੀ ਕਿ ਅਕਾਲੀ ਲਹਿਰ ਸੀ ਜੀ ਉਹਨਾਂ ਨੂੰ ਜਗੀਰ ਮਿਲੀ ਸੀ ਉਹਨਾਂ ਨੂੰ ਡਰ ਇਹ ਸੀ ਕਿ ਜੇ ਲੋਕਾਂ ਨੇ ਕਹਿਤਾ ਨਾ ਕਿ ਜਾਂਦੇ ਸਰਦਾਰਾਂ ਦੇ ਪੁੱਤਰਾਂ ਨੇ ਇਹਨੇ ਅੰਮ੍ਰਿਤ ਨੂੰ ਛਕ ਲਿਆ ਸਾਡੇ ਅੰਗਰੇਜ਼ ਗੌਰਮੈਂਟ ਜਗੀਰ ਨਾ ਖਿੱਚ ਲਏ ਜੀ। ਮੈਂ ਘਰ ਜਾ ਕੇ ਜਿਹੜੇ ਬੋਲਿਆ ਕਿ ਮੈਂ ਤਾਂ ਅੰਮ੍ਰਿਤ ਛਕਣਾ ਤਾਂ ਕਹਿੰਦਾ ਉਹਨਾਂ ਨੂੰ ਮੈਨੂੰ ਡਰ ਅੰਮ੍ਰਿਤ ਛਕਣਾ ਅੰਮ੍ਰਿਤ 'ਚ ਕੀ ਪਿਆ ਮੈਂ ਬਥੇਰਾ ਕੁਛ ਖੈਰ ਉਹਨਾਂ ਨੇ ਕਈ ਕੁਛ ਕਰਕੇ ਐ ਨਹੀਂ ਆਊ ਮੈਨੂੰ ਅਖੀਰ ਕੇ ਜਦੋਂ ਦੇਖਿਆ ਵੀ ਜਿੱਦ ਨਹੀਂ ਕਰ ਜਿੱਦ ਕਰਕੇ ਨਹੀਂ ਹਟਿਆ ਮਾਰਿਆ ਵੀ ਨਹੀਂ ਹਟਿਆ ਮੈਨੂੰ ਚੁੱਪ ਕੇ ਰਾਤੋਂ ਰਾਹ ਜਾ ਕੇ ਕਾਲ ਤਖ਼ਤ ਤੋਂ ਜਾ ਕੇ ਤਾਂਬਰ ਛਕਾ ਕੇ ਲਿਆਏ। ਅੱਛਾ ਜੀ ਫਿਰ ਮੈਂ 5ਵੀਂ 'ਚ ਸ਼ਹਿਰ ਚੱਲ ਗਿਆ। ਮੇਰੇ ਮਨ 'ਚ ਇਹ ਹੁੰਦਾ ਸੀ ਕਿ ਅਸੀਂ ਹੁਣ ਨਾਮ ਬਣ ਜਪੀਏ ਔਰ ਗੁਰੂ ਗੋਬਿੰਦ ਸਿੰਘ ਜੀ ਸੱਚੇ ਸੁੱਚੇ ਸਿੱਖ ਬਣੀਏ। ਲੈ ਪਹਿਲਾਂ ਉੱਥੋਂ ਦੀਨਨਗਰ ਤੋਂ ਆਪਣਾ ਅਸੀਂ ਦੋ ਮੁੰਡੇ ਅਨੰਦਪੁਰ ਸਾਹਿਬ 200 ਕਿਲੋਮੀਟਰ ਆਪਣਾ ਨਿਕਲ ਕੇ ਅਤੇ ਪੈਦਲ ਤੁਰ ਪਏ ਜੀ ਰੋਟੀਆਂ ਮੰਗ ਕੇ ਖਾ ਕੇ ਅਤੇ ਬਈ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਂਗੇ। ਖੈਰ ਉੱਥੋਂ ਫਿਰ ਅਸੀਂ ਅੰਮ੍ਰਿਤਸਰ ਆਏ ਉੱਥੋਂ ਮੇਰੇ ਮਾਂ ਪਿਓ ਨੇ ਲੱਭ ਕੇ ਮੈਨੂੰ ਲੈਂਦਾ ਮਤਲਬ ਦਿਸ ਇਜ਼ ਦੀ ਸਿਚੁਏਸ਼ਨ। ਜਿਹੜਾ ਟਰਨਿੰਗ ਪੁਆਇੰਟ ਮੇਰੀ ਲਾਈਫ 'ਚ ਆਇਆ ਉਸ 6ਵੀਂ ਜਮਾਤ ਜਦੋਂ ਮੈਂ ਪੜ੍ਹ ਰਿਹਾ ਸੀ ਤਾਂ ਲਾਰਡ ਅਸ਼ੋਕਾ ਦੀ ਕਹਾਣੀ ਸੁਣਾਉਂਦੇ ਕਿਸ ਤਰ੍ਹਾਂ ਉਹ ਬਲੱਡ ਸ਼ੈੱਡ ਹੋਇਆ ਜਾਂ ਕਿਸ ਤਰ੍ਹਾਂ ਉਹ ਬੋਧੀ ਵੱਢ ਗਿਆ ਉਹਦੀ ਅੰਪਾਇਰ ਬਹੁਤ ਵੱਡੀ ਸੀ ਮੈਂ ਕਹਿ ਰਿਹਾ ਸੀ ਰੋਣ ਲੰਕਾ ਸਾਰਾ ਇਹ ਸਾਰਾ ਬਹੁਤ ਵੱਡਾ ਮਹਾਰਾਜਾ ਇਹ ਤਾਂ ਦੂਸਰੇ ਜਿਹੜਾ ਦਿਨ ਜਿਹੜਾ ਹਿਸਟਰੀ 'ਚ ਦੱਸਿਆ ਉਹਦੇ ਲੜਕੇ ਲੜਕੀ ਨੇ ਪ੍ਰਣ ਕਰ ਲਿਆ ਕਿ ਇਸ ਜਨਮ 'ਚ ਸ਼ਾਦੀ ਨਹੀਂ ਕਰਨੀ ਅਸੀਂ ਲਾਰਡ ਆਪਣਾ ਬੁੱਧਾ ਦੀ ਭਗਤੀ ਕਰਕੇ ਔਰ ਬੁੱਧਿਜ਼ਮ ਨੂੰ ਸਾਰੀ ਦੁਨੀਆਂ 'ਚ ਫੈਲਾਉਣਾ ਉਹ ਮੈਨੂੰ ਟੱਚ ਕਰ ਗਿਆ। ਮੈਂ ਆਖਿਆ ਬੁੱਧਾ ਨੇ ਕੀਤਾ ਕੀ ਆ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਐਸਾ ਕੁਛ ਇਹ ਕੀਤਾ ਲਓ ਮੈਂ ਇਰਾਦਾ ਕਰ ਲਿਆ ਆਪਣੇ 6ਵੀਂ ਜਮਾਤ 'ਚ ਮਨ 'ਚ ਵੀ ਇਹ ਜਨਮ 'ਚ ਸ਼ਾਦੀ ਨਹੀਂ ਕਰਨੀ ਮੈਂ ਨਾਮ ਬਾਣੀ ਭਗਤੀ ਕਰਕੇ ਔਰ ਗੁਰੂ ਨਾਨਕ ਦੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਿਸ਼ਨ ਦੀ ਸੇਵਾ ਕਰਨੀ। ਮੈਂ ਦੱਸਾਂ ਕਿ ਉਹਨੇ ਕਿਉਂਕਿ ਮੈਂ ਉਦੋਂ ਇੱਕ ਸੀ ਮੈਨੂੰ ਪਤਾ ਨਹੀਂ ਸੀ ਸਾਰੇ ਲੋਕਾਂ ਨੇ ਕਹਿਣਾ ਸੀ ਦਸਾਂ ਗੁਰੂਆਂ ਨੇ ਸ਼ਾਦੀ ਨਹੀਂ ਕਰਤੀ
ਮੈਂ ਕੀ ਜਵਾਬ ਦਿੰਦਾ? ਹੁਣ ਤਾਂ ਮੈਨੂੰ ਆਇਆ ਵੈਲਕਮ ਟੂ ਕਹਿ ਦਿਓ, ਭਾਈ ਗੁਰਦਾਸ ਜੀ ਨੇ ਸ਼ਾਦੀ ਨਹੀਂ ਕੀਤੀ, ਬੜੇ ਬੜੇ ਹੋਰ ਮਹਾਂਪੁਰਸ਼ਾਂ ਨੇ ਸ਼ਾਦੀ ਨਹੀਂ ਕੀਤੀ, ਕਹੀ ਇਹ ਤਾਂ ਕੋਈ ਐਸੀ ਗੱਲ ਹੀ ਨਹੀਂ ਸੀ ਵੀ ਜੇ ਬਗੈਰ ਚ ਉਹਦੇ ਕਰਦੇ। ਹਾਂਜੀ, ਪਰ ਗ੍ਰਸਤ ਜੀਵਨ ਨੂੰ ਵੀ ਉੱਤਮ ਜੀਵਨ ਦੇਖੇ ਕਿਹਾ ਗਿਆ। ਗ੍ਰਸਤ ਹੋਰ ਚੀਜ਼ ਹੈ, ਗ੍ਰਸਤ ਦਾ ਮਤਲਬ ਹੈ ਦੁਨੀਆਂ 'ਚ ਰਹਿ ਕੇ ਸੇਵਾ ਕਰਨੀ। ਅਸੀਂ ਗ੍ਰਸਤ ਜੀਵਨ ਨੂੰ ਕਰਨੇ ਹਾਂ ਕਿ ਮੈਰਿਜ ਕਰਕੇ ਹੀ ਤੁਸੀਂ ਸੇਵਾ ਕਰ ਸਕਦੇ ਹੋ। ਮੈਰਿਜ ਐਂਡ ਗ੍ਰਸਤ ਇਜ਼ ਡਿਫਰੈਂਟ ਥਿੰਗ। ਸੋ ਇੱਥੋਂ ਤੁਸੀਂ ਪ੍ਰੇਰਿਤ ਹੋਏ ਤਾਂ ਤੁਸੀਂ ਮਨ ਵਿੱਚ ਥਾਨ ਲਿਆ ਕਿ ਹੁਣ ਮੈਂ ਸਿੱਖੀ ਦੀ ਸੇਵਾ ਕਰਨੀ। ਮੈਂ ਪੜ੍ਹਨ ਨੂੰ ਦਿਨ ਨਹੀਂ ਸੀ ਕਰਦਾ ਸੀ, ਡਰ ਉਦੋਂ ਮਾਂ ਪਿਓ ਦੀ ਬੜਾ ਡਰ ਹੁੰਦਾ ਸੀ। MSc ਤੱਕ ਪੜ੍ਹ ਲਿਆ, ਉਦੋਂ ਸੰਤਾਂ ਦਾ ਫਿਰ ਮੇਲ ਹੋਇਆ। ਉਹ ਸੰਤ ਜਿਹੜਾ ਹਾਰਵਰਡ ਯੂਨੀਵਰਸਿਟੀ ਪੜ੍ਹ ਕੇ ਆਇਆ ਹੋਏ, ਮੇਰਾ ਪਿਓ ਮੈਨੂੰ ਅਮਰੀਕਾ ਦਾਖਲ ਕਰਵਾ ਦਿੱਤਾ ਜੀ ਯੂਨੀਵਰਸਿਟੀ 'ਚ। ਜਹਾਜ਼ ਤਿਆਰ, ਸਭ ਕੁਛ ਤਿਆਰ ਬੰਦਾ, ਅਤੇ ਮੈਂ ਉਸ ਮੇਰੇ ਕਿਹਾ ਵੀ ਪਹਿਲਾਂ ਫਰੈਂਡ ਪੜ੍ਹ ਰਹੇ, ਮੈਂ ਕਿਹਾ ਤਾਂ ਸੰਤਾਂ ਦਰਸ਼ਨ ਤਾਂ ਕਰ ਆਵਾਂ, ਇਹ ਕੁੰਜਾਂ ਦੀ ਗੱਲ ਆ ਜੀ। ਸੰਤਾਂ ਦੇ ਦਰਸ਼ਨ ਕਰਨ ਗਿਆ ਪੌਟਾ ਸਾਹਿਬ, ਕਈ ਸੰਗਤ ਬੈਠੀ ਸੀ ਸਾਰਾ, ਮੈਂ ਮੱਥਾ ਟੇਕ ਕੇ ਪਿੱਛੇ ਬਹਿ ਗਿਆ ਹਜੇ, ਅਤੇ ਕਿਸੇ ਨੇ ਚੁੱਕ ਦਿੱਤਾ ਕਿ ਮੇਰਾ ਨਾਂ ਭਰਾ ਇਕਬਾਲ ਸਿੰਘ ਅਮਰੀਕਾ ਜਾ ਰਹੇ ਜੀ। ਉਹ ਬਾਬਾ ਸੰਤ ਜਿਹੜਾ ਅਮਰੀਕਾ ਦੇ ਵਿੱਚੋਂ ਹਾਵਰਡ ਹਾਵਰਡ ਯੂਨੀਵਰਸਿਟੀ ਤੋਂ MA ਕਰਕੇ ਗਿਆ ਹੋਏ, ਕੋਲੰਬੀਆ ਯੂਨੀਵਰਸਿਟੀ ਪੜ੍ਹ ਕੇ ਗਿਆ ਹੋਏ, ਮੈਨੂੰ ਕਹਿੰਦਾ, ਉਹਨਾਂ ਮੇਰੇ ਚਿਹਰੇ ਵੱਲ ਦੇਖਿਆ, ਇਹ ਕੁੰਜਾ ਦੀ ਗੱਲ ਆ, ਔਰ ਬੜੂਸਾ 56 ਚੱਲਿਆ। ਉਹਨੂੰ ਕਿਹਾ ਇਹ ਬੱਚਿਆਂ ਨੇ ਤਾਂ ਬੜੂਸਾ ਪ੍ਰਗਟ ਕਰਨਾ, ਇਸ ਨੇ ਜ਼ਮੀਨ ਨਾਲ ਤਾਂ ਫਿਰ ਝਗੜੇ ਵੀ ਔਰ ਮੁਕੱਦਮੇ ਲੜਨੇ ਨੇ। ਅੱਛਾ, ਅਤੇ ਮੈਨੂੰ ਕਹਿੰਦੇ ਬਈ ਮੇਰੇ ਚਿਹਰੇ ਵੱਲ ਦੇਖ ਕੇ, ਇਕਬਾਲ ਸਿਆਂ ਤੂੰ ਅਮਰੀਕਾ ਜਾ ਰਿਹਾ? ਮੈਂ ਜੀ ਮੈਂ ਨਹੀਂ ਜਾ ਰਿਹਾ, ਮੇਰਾ ਪਿਓ ਭੇਜ ਰਿਹਾ। ਕੱਲ੍ਹ ਹੀ ਭੇਜ ਰਿਹਾ PhD ਕਰਕੇ, ਕਹਿੰਦਾ PhD ਕੱਲ੍ਹ ਹੀ ਕਰਨਾ, ਮਹਾਰਾਜ ਵੱਡੀ ਨੌਕਰੀ ਲਵਾਂਗੇ। ਚੰਗਾ, ਇਹ ਵੀ ਹੈ ਮਾਂ ਪਿਓ ਦਿੰਦਾ ਹੁੰਦਾ ਵੀ ਉੱਥੇ ਚੰਗੇ ਸਾਇੰਟਿਸਟ ਬਣਾਂਗੇ ਹੋਰ ਬੜੇ। ਕਹਿੰਦਾ ਦਿਸ ਯੂਅਰ ਏਮ ਆਫ ਲਾਈਫ, ਇਹ ਤੇਰੇ ਜ਼ਿੰਦਗੀ ਦਾ ਦੇਹ ਆ। ਮੇਰਾ ਹੀਰੋ ਜ਼ਿੰਦਗੀ ਦਾ ਜਿਹੜਾ ਨਾ ਗੁਰੂ ਅੰਗਦ ਦੇਵ ਜੀ ਹੈ। ਮੈਂ ਗੁਰੂ ਅੰਗਦ ਦੇਵ ਜੀ ਵੱਲ ਹਮੇਸ਼ਾ ਜੀਵਨ ਪੜ੍ਹਦਾ ਸੀ ਵੀ ਕਿਸ ਤਰ੍ਹਾਂ ਉਹਨਾਂ ਨੇ ਕੋਈ ਜਪ ਨਹੀਂ ਕੀਤਾ, ਤਪ ਨਹੀਂ ਕੀਤਾ, ਕੋਈ ਭਗਤੀ ਨਹੀਂ, ਅਤੇ ਬਚਨ ਮੰਨੇ ਗੁਰੂ ਨਾਨਕ ਦੇ। ਗੁਰੂ ਨਾਨਕ ਦੇਵ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਧਰੀਏ। ਮੇਰਾ ਹੀਰੋ ਉਹ ਹੋ ਗਿਆ ਕਿ ਮੇਰੇ ਚੱਟ ਯਾਦ ਆ ਗਿਆ ਗੁਰੂ ਅੰਗਦ ਦੇਵ ਜੀ। ਮੈਂ ਯਾਦ ਕੀਤਾ ਅਤੇ ਮੈਂ ਉਹਨੂੰ ਹੱਥ ਜੋੜ ਕੇ, ਨਹੀਂ ਮਹਾਰਾਜ ਇਹ ਮੇਰਾ ਏਮ ਨਹੀਂ, ਦਿਸ ਇਜ਼ ਨਾਟ ਮਾਈ ਏਮ, ਦਿਸ ਇਜ਼ ਏਮ ਆਫ ਮਾਈ ਫਾਦਰ। ਤੂੰ ਮੇਰਾ ਏਮ ਉਹ ਆ, ਜੋ ਤੁਸੀਂ ਕਹੋਗੇ ਮੈਂ ਉਹ ਕਰਾਂਗਾ। ਹੱਥ ਜੋੜ, ਜੋ ਮਹਾਰਾਜ ਤੁਸੀਂ ਕਰਾਓਗੇ ਮੈਂ ਉਹ ਕਰਾਂਗਾ, ਜੋ ਸਿੱਖੀ ਵਾਸਤੇ ਕਰਾਓਗੇ ਉਹ ਮੈਂ ਕਰਾਂਗਾ। ਮੈਨੂੰ ਕਹਿੰਦਾ ਅਮਰੀਕਾ ਨਹੀਂ ਜਾਣਾ। ਲਓ ਮੈਂ ਮੱਥਾ ਟੇਕਦਾ, ਮੈਂ ਜੇ ਅਮਰੀਕਾ ਜਾਊਂ ਨਹੀਂ ਜਾਵਾਂਗਾ। ਕਹਿੰਦਾ PhD ਨਹੀਂ ਕਰਨੀ। ਮੈਂ ਕਿਹਾ PhD ਬਿਲਕੁਲ ਨਹੀਂ ਕਰਾਂਗਾ। ਖੈਰ ਇਹ ਕਰਕੇ ਉਹਨਾਂ ਨੇ ਦੇਖਿਆ ਕਿ ਇਸ ਨੇ ਤਾਂ ਬੜੂ ਸਾਹਿਬ ਪ੍ਰਗਟ ਕਰਨਾ, ਉੱਥੇ ਇਸ ਨੇ ਸਕੂਲ ਕਾਲਜ ਯੂਨੀਵਰਸਿਟੀਆਂ ਬਣਾਉਣੀਆਂ ਨੇ ਪੰਜਾਬ ਦੇ ਵਿੱਚ, ਸਕੂਲ ਕਾਲਜ ਬਣਾਉਣੇ ਨੇ। ਗੁਰੂ ਕਾਸ਼ੀ ਜਾਂ ਮੈਂ ਕਹਿੰਦਾ ਧੰਨ ਹੈ ਭਾਗ ਗਿਆ ਵੀ ਸਾਨੂੰ ਇਹ ਮੌਕਾ ਮਿਲਿਆ ਇਹ ਬਣਾਉਣ ਦਾ ਹੈ। ਦੇਖੋ 12 ਮਿਸਲਾਂ ਹੋ ਗਈਆਂ, ਉਹਨਾਂ ਨੂੰ ਧਿਆਨ ਨਹੀਂ ਆਇਆ, ਮਹਾਰਾਜ ਜੀ ਸਾਹਿਬ ਰਾਜ ਹੋ ਗਿਆ, ਉਹਨਾਂ ਨੂੰ ਧਿਆਨ ਨਹੀਂ ਆਇਆ ਕਿ ਗੁਰੂ ਕਾਸ਼ੀ ਮਹਾਰਾਜ ਨੇ ਕਿਹਾ ਹੋਇਆ ਇਹ ਪ੍ਰਗਟ ਹੋ ਮਾਰੀ ਕਾਸ਼ੀ ਪੜ੍ਹੇਂਗੇ ਯਹਾਂ ਮੁਗਤਰਾ ਸੀ। ਸੋ ਬਾਬਾ ਜੀ ਉਸ ਸਮੇਂ ਦੇ ਦੌਰਾਨ ਜਦੋਂ ਤੁਸੀਂ ਸੰਤ ਤੇਜਾ ਸਿੰਘ ਨੂੰ ਮਿਲੇ ਅਤੇ ਜਦੋਂ ਤੋਂ ਬੜੂ ਸਾਹਿਬ ਅਸਟੈਬਲਿਸ਼ ਹੋਇਆ, ਇਸ ਸਮੇਂ ਦੇ ਦੌਰਾਨ ਕੀ ਤੁਸੀਂ ਉਹਨਾਂ ਨਾਲ ਹੀ ਰਹੇ ਅਤੇ ਕਿਸ ਤਰੀਕੇ ਨਾਲ ਫਿਰ ਕੰਮ ਕਰਦੇ? ਮੈਂ ਪਹਿਲੇ ਸਰਵਿਸ ਕਰਦਾ ਸੀ ਪੰਜਾਬ 'ਚ, ਉੱਥੋਂ ਅਸੀਂ ਆਉਂਦੇ ਹੁੰਦੇ ਬੜੂ ਸਾਹਿਬ ਲੱਭਣ ਵਾਸਤੇ। ਮੈਂ ਉੱਥੋਂ ਸ਼ਿਫਟ ਕਰਕੇ ਨਾ ਪੰਜਾਬ 'ਚੋਂ ਮੈਂ ਹਿਮਾਚਲ ਗੌਰਮੈਂਟ 'ਚ ਆ ਗਿਆ, ਉੱਥੇ ਨੌਕਰੀ ਕਰਨ ਲੱਗ ਪਿਆ। ਮੈਂ ਤਾਂ ਬਥੇਰਾ ਲੱਭਣ ਲੱਗ ਪਿਆ ਪਰ ਮੈਨੂੰ ਮਿਲਿਆ ਨਹੀਂ। ਅਖੀਰ 'ਤੇ ਉੱਥੇ ਇੱਕ ਸੰਤ ਆਇਆ, ਅਸੀਂ ਉੱਥੇ ਭਾਈ ਪੇੜਿਆ ਜਿਹਾ ਕਰੋੜ ਦਾ, ਉਹ ਸੰਤ ਆ ਕੇ ਉੱਥੇ ਸਮਾਧੀ, ਆਮ ਸੰਤ ਆਉਂਦੇ ਸੀ ਲਾਗੇ ਚਸ਼ਮੇ ਸੀ, ਅਤੇ ਉੱਥੋਂ ਦਾ 400 acres ਧਰਤੀ ਦਾ ਜਿਹੜਾ ਜ਼ਿਮੀਂਦਾਰ ਸੀ ਨਾ, ਰੋਟੀ ਖਵਾਉਂਦਾ ਹੁੰਦਾ ਸੀ। ਉਹ ਰੋਟੀ ਲਿਆ ਸਾਹਮਣੇ ਰੱਖਿਆ ਅਤੇ ਉਹ ਸੰਤ ਨੇ ਅੱਧਾ ਘੰਟਾ ਤਾੜੀ ਨਹੀਂ ਖੋਲ੍ਹੀ, ਜਦੋਂ ਖੋਰ ਖੋਲ੍ਹੀ ਅਤੇ ਫਿਰ ਉਹਨੂੰ ਰੋਟੀ ਵੱਲ ਧਿਆਨ ਆ, ਉਹਨੂੰ ਕਹਿੰਦਾ ਤੂੰ ਨਹੀਂ ਯਹਾਂ ਰਹਿਣਾ, ਇਹ ਗੁਰੂ ਨਾਨਕ ਦੀ ਧਰਤੀ ਹੈ, ਜਾਂ ਗੁਰੂ ਨਾਨਕ ਦੇ ਨਾਮ ਲੇਵਾ ਲੋਕ ਆਏਗੇ। ਔਰ ਉਹ ਉਹਨੂੰ ਕਹਿੰਦੇ ਨੇ ਫਿਰ ਯਹਾਂ ਨਾਮ ਬਣ ਜਪੇਂਗੇ ਔਰ ਵਿੱਦਿਆ ਲਏਗੇ ਸਾਰੀ ਦੁਨੀਆ 'ਚ। ਹੁਣ ਉਹ ਹੈ ਸੀ ਠਾਕਰ, ਉਹਨੂੰ ਗੁੱਸਾ ਆ ਗਿਆ, ਕਹਿੰਦਾ ਮੈਨੂੰ ਤਾਂ ਸ਼ਰਾਬ ਦਾ, ਉਹ ਰੋਟੀ ਚੁੱਕ ਕੇ ਲੈ ਗਿਆ। ਕੋਈ 2.5 hours ਬਾਅਦ ਉਹਨੂੰ ਗੁੱਸਾ ਉਤਰਿਆ, ਉਹ ਘਰ ਵਾਲੀ ਨੂੰ ਭੇਜਿਆ, ਉਹ ਸਾਧੂ ਨੂੰ ਮਿਲਿਆ ਨਹੀਂ।
ਉਹ ਆਪ ਦੱਸਦਾ ਮੈਨੂੰ, ਉਹ ਕਹਿੰਦਾ ਚਾਹ ਇਸ ਗੱਲ ਤੋਂ 4-5 ਮਹੀਨੇ ਬਾਅਦ ਦੇ ਅੰਦਰ ਅੰਦਰ ਮੇਰਾ ਇੰਨਾ ਲੜਾਈ ਝਗੜਾ ਹੋ ਗਿਆ ਲੋਕਾਂ ਨਾਲ, ਮੈਂ ਰੋ ਕੇ ਘਰ ਬੈਠੇ ਆਪਣੇ ਪੁੱਤਰਾਂ ਨਾਲ ਅਤੇ ਮਾਂ ਨਾਲ ਆਪਣੇ ਘਰ ਵਾਲੀ ਸਲਾਹ ਕਰ ਰਿਹਾ ਵੀ ਪਿੰਡ ਵੇਚ ਦਈਏ, ਇਹ ਜਿਵੇਂ 400 ਏਕੜ ਦੀ ਜਿਹੜੀ ਧਰਤੀ ਹੈ ਨਾ ਇਹਨੂੰ ਵੇਚ ਦਈਏ ਅਤੇ ਅਸੀਂ ਜਾ ਕੇ ਨਹਾਉਣ ਰਹਿਣ ਲੱਗ ਪਈਏ ਸ਼ਹਿਰ 'ਚ ਜਾ ਕੇ, ਤਾਂ ਹੋਰ ਰਿਹਾ ਇਹ ਉੱਥੇ ਕਰ ਰਹੇ ਨੇ ਗੱਲ ਸਾਂਝੀ ਮਹਾਰਾਜ 200 ਕਿਲੋਮੀਟਰ ਉੱਤੇ ਸੰਤ ਅਤਰ ਸਿੰਘ ਮਹਾਰਾਜ ਦਾ ਜਨਮ ਸਥਾਨ ਦੀ ਗੁਰਦੁਆਰੇ ਦੀ ਸੇਵਾ ਕਰ ਰਹੇ ਨੇ, ਉਹ ਟੈਲੀਪੈਥੀ ਪਹੁੰਚ ਗਈ ਉੱਥੇ ਸੰਤਾਂ ਦੇ ਹਿਰਦੇ 'ਚ, ਸੰਤਾਂ ਨੂੰ ਉੱਥੋਂ ਫਿਰ ਸੇਵਾਦਾਰਕ ਭੇਜਿਆ ਭਾਈ ਇਕਬਾਲ ਸਿੰਘ, ਮੈਂ ਪਾਉਂਟਾ ਸਾਹਿਬ ਦੇ ਲਾਗੇ ਇੱਕ ਰਿਸਰਚ ਸਟੇਸ਼ਨ ਹੁੰਦਾ ਸੀ ਗੌਰਮੈਂਟ ਦਾ, ਉੱਥੇ ਕੰਮ ਕਰਦਾ ਸੀ, ਇਕਬਾਲ ਸਿੰਘ ਨੂੰ ਕਹੋ ਕਿ ਇੱਕ ਬੜੂ ਗਾਓਂ ਆ ਉਹ ਵਿਕ ਰਿਹਾ, ਉਹ ਨਾਂ ਤੁਸੀਂ ਤਾਂ 40 ਕਿਲੋਮੀਟਰ ਪੈਦਲ ਜਾਣਾ ਪੈਂਦਾ ਹੁੰਦਾ ਸੀ, ਕੋਈ ਸੜਕਾਂ ਨਹੀਂ ਸੀ ਹੁੰਦੀਆਂ, 60-60 ਕਿਲੋਮੀਟਰ ਤਾਂ ਕੋਈ ਸੜਕ ਨਹੀਂ ਸੀ, ਵੀ 40 ਕਿਲੋਮੀਟਰ ਉੱਥੋਂ ਬੱਸ ਤੋਂ ਉੱਤਰ ਕੇ ਜਾ ਉਹ ਵਿਕ ਰਿਹਾ, ਅਤੇ ਉਹ ਦੇਖੇ ਜਾ ਕੇ ਕਿਹਾ ਉਹ ਹੀ ਸਾਡੀ ਧਰਤੀ ਆ, ਮੈਨੂੰ ਸੰਤਾਂ ਨਿਸ਼ਾਨੀਆਂ ਦੱਸੀਆਂ ਹੋਈਆਂ ਸੀ, ਮੈਂ ਉੱਥੋਂ ਉੱਤਰ ਕੇ ਗਿਆ ਪਹਾੜੇ ਤਾਂ ਚੜ੍ਹੀਏ ਕਦੇ ਤਾਂ ਚੜ੍ਹੀਏ ਕਿੱਥੇ 5-5 ਹਜ਼ਾਰ ਫੁੱਟ ਉੱਤੇ ਪਹਿਲੇ ਉੱਤੇ ਉੱਤੇ ਚੜ੍ਹੀਏ ਫਿਰ ਹੇਠਾਂ ਉੱਤਰੀਏ, ਅਤੇ ਮੈਂ ਕਦੇ ਸੰਤਾਂ ਦੇ ਅੱਗੇ ਨਹੀਂ ਸੀ ਕਿਹਾ ਵੀ ਕੋਈ ਇਹੋ ਜਿਹੇ ਮਨ 'ਚ ਖਿਆਲ ਲਿਖਿਆ, ਜਿਸ ਲਈ ਉਹ ਪਹਾੜੀ ਤੋਂ ਤੁਰਿਆ ਮੈਂ ਮੇਰੇ ਇੱਕ ਸਾਰਾ ਸੰਤਾਂ ਨੂੰ ਅਸੀਂ ਬਥੇਰੀ ਗੱਲ ਦੱਸਦੇ ਸੀ ਵੀ ਕਾਲਕਾ ਸ਼ਿਮਲਾ ਰੋਡ ਦਾ ਪੱਕੀ ਸੜਕ 'ਤੇ ਮਹਾਰਾਜ ਜ਼ਮੀਨ ਲੈ ਲਈਏ, ਇੱਥੇ ਤੁਹਾਡੀ ਵੀ ਕਾਰ ਚੱਲ ਜਾਏਗੀ ਲੋਕਾਂ ਨੂੰ ਚੱਲ ਜਾਣਗੇ ਬੜੀ ਜ਼ਮੀਨਾਂ ਮਿਲਦੀਆਂ ਸੀ, ਕਹਿੰਦੇ ਕੱਲ੍ਹ ਜੋ ਗਿਆ ਉਹ ਜਗ੍ਹਾ ਹੋ ਰਿਹਾ, ਜਦੋਂ ਮੈਂ ਉਤਰਿਆ ਸੀ ਇੱਕ ਸੈਕਿੰਡ ਮੇਰੇ ਮਨ 'ਚ ਆਈ ਕਦੇ ਨਹੀਂ ਸੀ ਆਇਆ, ਮੈਂ ਕਿੱਥੇ ਸੰਤ ਸਾਨੂੰ ਕੁੰਦਰਾਂ 'ਚ ਵਸਾ ਰਹੇ, ਇਹ ਪਹਾੜ 'ਚ ਗਾਲਾਂ ਲਈਆਂ ਮੈਂ ਪਹਾੜ ਹੀ ਦੇਖ ਕੇ ਉਹ ਡਰ ਜਾਂਦਾ, ਜਿਹੜੇ ਮੈਂ ਪਹੁੰਚਿਆ ਉਹ ਫੋਰੈਸਟਡ ਏਰੀਆ ਸੀ, ਉੱਥੇ ਟਾਈਗਰ ਸੀ ਲੰਗੂਰ ਸੀ ਬਾਂਦਰ ਸੀ ਹੋਰ ਸੀ ਕਈ ਜਾਨਵਰ ਸਾਰੇ ਜੰਗਲੀ ਜਾਨਵਰ, ਖੈਰ ਉਸਨੇ ਮੈਨੂੰ ਸਾਰਾ ਦਿਖਾ ਕੇ ਨਾ ਅਸੀਂ ਉੱਚੀ ਪਹਾੜੀ 'ਤੇ ਬੈਠ ਕੇ ਦੇਖਿਆ, ਅਤੇ ਮੈਨੂੰ ਜੋ ਸੰਤਾਂ ਨੇ ਦੋ ਨਕਸ਼ਾ ਦਿਖਾਇਆ ਸੀ ਦੱਸਿਆ ਹੋਇਆ ਸੀ ਵੀ ਉਹ ਚੀਜ਼ਾਂ ਹੋਣਗੀਆਂ ਉਹ ਸਾਰੀ ਸਾਹਮਣੇ ਆ ਗਈਆਂ, ਉੱਥੋਂ ਮੈਂ 60 ਕਿਲੋਮੀਟਰ ਪੈਦਲ ਗਿਆ ਨਾਹਨ ਸੋਲਨ ਜਾ ਕੇ ਫਿਰ ਸੰਤਾਂ ਨੂੰ ਕਿਹਾ ਮਹਾਰਾਜ ਜਗ੍ਹਾ ਤਾਂ ਉਹ ਹੀ ਤੁਹਾਡੀ ਹੈ ਜੀ, ਉਹ ਹੀ ਜਗ੍ਹਾ ਉਹ ਬਿਲਕੁਲ ਸੰਤਾਂ ਨੇ ਨਾ ਜਗ੍ਹਾ ਦੇਖੀ ਆਪਣਾ ਨਾਹਨ ਡਿਸਟ੍ਰਿਕਟ ਹੈੱਡਕੁਆਟਰ 'ਤੇ ਉਹਨੂੰ ਬੁਲਾ ਕੇ ਜੋ ਉਹਨੂੰ ਮੰਗਿਆ ਉਹ ਹੀ ਦੇ ਦਿੱਤਾ, ਔਰ ਫਿਰ ਜਾ ਖਰੀਦ ਲਈ, ਉੱਥੋਂ ਕੰਮ ਸ਼ੁਰੂ ਹੋਇਆ, ਉੱਥੋਂ ਕੰਮ ਸ਼ੁਰੂ ਹੋਇਆ, ਅੱਜ 129 ਅਕੈਡਮੀ, ਉੱਥੋਂ ਫਿਰ ਮੈਂ ਦੇਖੋ ਜਸ ਕਹਿੰਦੇ ਮੇਰਾ ਨੌਕਰੀ ਕਰਨ ਨੂੰ ਦਿਲ ਨਹੀਂ ਸੀ ਕਰਦਾ, ਸੰਤ ਕਹਿੰਦੇ ਨੌਕਰੀ ਕਰਨੀ ਆ, ਮੈਂ ਛੋਟੀ ਪੋਸਟ ਤੋਂ ਰਿਸਰਚ ਅਸਿਸਟੈਂਟ ਇੰਸਪੈਕਟਰ ਤੋਂ ਸ਼ੁਰੂ ਹੋਇਆ, ਮੈਂ ਫਿਰ ਸੰਤਾਂ ਦੀ ਨੌਕਰੀ ਸਮਝ ਕੀਤੀ, 3 ਦਫਾ ਚੱਲੇ ਸੀ, 3 ਦਫਾ ਉਹਨਾਂ ਨੇ ਕਿਹਾ ਨੌਕਰੀ ਕਰਨੀ ਆ, ਮੂਰਖਾ ਕਹਿ ਕੇ ਨੌਕਰੀ ਕਰਨੀ, ਉਹਦਾ ਮਤਲਬ ਸੀ ਇਹਨੇ ਕੰਮ ਕਰਨਾ, ਮੈਂ ਡਰ ਗਿਆ ਮੈਂ ਸਰਾਪ ਨਾ ਹੋਏ, ਨੌਕਰੀ ਸੰਤਾਂ ਦੀ ਕਰਤੀ ਸੀ, ਉਹਦੇ ਨਾਲ ਇਹ ਹੋਇਆ, ਪਰ ਦੇਖੋ ਵਰਕ ਇਜ਼ ਵਰਸ਼ਿਪ, ਜਦੋਂ ਅਸੀਂ ਪਰਮਾਤਮਾ ਦੀ ਗੁਰੂ ਨਾਨਕ ਦੀ ਸਮਝ ਕੇ ਕੰਮ ਕਰਾਂਗੇ ਨਾ ਉਹ ਕੰਮ ਜ਼ਰੂਰ ਚੱਲਦਾ, ਉਹ ਨੌਕਰੀ ਜਦੋਂ ਗੁਰੂ ਨਾਨਕ ਦੀ ਸਮਝ ਮੈਂ ਕੀਤੀ, ਤਾਂ ਮੈਂ ਇੱਕ ਇੰਸਪੈਕਟਰ ਤੋਂ ਚੜ੍ਹਦਾ ਡਿਪਟੀ ਡਾਇਰੈਕਟਰ ਬਣ ਗਿਆ, ਡਿਸਟ੍ਰਿਕਟ ਅਫਸਰ ਬਣ ਗਿਆ, ਉਸ ਵੇਲੇ ਜ਼ਮੀਨ ਲਈ ਮੁਕੱਦਮੇ ਚੱਲੇ ਬੜੇ, ਮੇਰੀ ਕੋਠੀ ਦੇ ਵਿੱਚ ਉਦੋਂ ਸਾਰੇ ਡਿਸਟ੍ਰਿਕਟ ਸੈਸ਼ਨ ਜੱਜ ਅਤੇ ਡਿਪਟੀ ਕਮਿਸ਼ਨਰ ਸਾਰੇ ਮੇਰੇ ਵਾਕਫ ਹੁੰਦੇ ਸੀ, ਐਸੇ ਹੁੰਦੇ ਸੀ, ਕਲੋਜ਼ ਹੁੰਦੇ ਸੀ, ਮੈਨੂੰ ਗਿਆਨੀ ਜੀ ਕਹਿੰਦਾ ਹੁੰਦਾ ਸੀ, ਮੈਂ ਵੈਸਟਰਨ ਡਰੈਸ ਨਹੀਂ ਪਹਿਨਦਾ, ਚੂੜੀ ਦਾ ਪਜਾਮਾ ਸਫੈਦ ਪਗੜੀ ਅਚਕਨ ਪਹਿਨਦਾ ਸੀ, ਉਹ ਸਾਰੇ ਗਿਆਨੀ ਜੀ ਕਹਿੰਦੇ ਸੀ, ਸ਼ਾਮ ਨੂੰ ਜਿਸ ਡਿਸਟ੍ਰਿਕਟ ਸੈਸ਼ਨ ਜੱਜ ਦੇ ਮੁਕੱਦਮਾ ਹੁੰਦਾ ਸੀ ਨਾ, ਉਹ ਸ਼ਾਮ ਨੂੰ ਮੇਰੀ ਕੋਠੀ ਆ ਜਾਂਦਾ ਸੀ ਅਤੇ ਮੇਰੇ ਨਾਲ ਚਾਹ ਪੀਂਦਾ ਹੁੰਦਾ ਸੀ, ਕਹਿੰਦਾ ਗਿਆਨੀ ਜੀ ਇਹ ਮੁਕੱਦਮਾ ਫਿਕਰ ਨਾ ਕਰੇ, ਇਹ ਮੁਕੱਦਮੇ ਮੇਰੇ ਹੈ, ਮੈਂ ਠੀਕ ਕਰੂੰਗਾ, ਆਹ ਕੋਈ ਗਿਆਨ ਕੀ ਬਾਤ ਬਿਤਾਏ, ਖੈਰ ਹੈ ਨਹੀਂ ਉਹ ਸਾਰੇ ਮੁਕੱਦਮੇ ਜਦੋਂ ਠੀਕ ਹੋ ਗਏ ਸਾਡੇ ਹੱਕ 'ਚ ਹੋ ਗਏ ਸਾਰੇ, ਅਤੇ ਉਸ ਵੇਲੇ ਮੈਂ ਗੁਰਮੁਖੋ ਵਿਰਾਗ ਚਾਹ ਕੇ ਕਮਰੇ ਕੋਟ ਬੁਲਟ ਕਰਕੇ ਬੰਦ ਕੇ ਬੰਦ ਕਰਕੇ ਕਮਰੇ ਨੂੰ, ਅਤੇ ਮੈਂ ਭੁੱਬਾ ਮਾਰ ਕੇ ਰੋਇਆ, ਮੈਂ ਕਿਹਾ ਸੰਤ ਮੈਨੂੰ ਕਿਉਂ ਨੌਕਰੀ ਕਰਾ ਰਹੇ ਸੀ, ਮੇਰਾ ਦਿਲ ਨਹੀਂ ਸੀ ਨੌਕਰੀ ਕਰ, ਜਦੋਂ ਸ਼ਾਦੀ ਨਹੀਂ ਕੀਤੀ ਨੌਕਰੀ ਕਿਉਂ ਕਰ ਰਹੀ, ਮੈਂ ਇਸ ਕਰਕੇ ਕਰਾ ਸੀ ਬਾਂਦਰਾ, ਫਿਰ ਮੈਂ ਉਹਨੂੰ ਮੈਨੂੰ ਫਿਰ ਮਹਾਰਾਜ ਦੇਖੋ ਐਸੀ ਕਰਾਂ ਮਾਤਾਤੀ, ਮੇਰਾ ਕੰਮ IAS ਨਾਲ ਚੰਗਾ ਹੀ ਹੁੰਦਾ ਸੀ, ਮੈਨੂੰ ਉਦੋਂ ਤੋਂ ਡਿਪਟੀ ਡਾਇਰੈਕਟਰ ਤੋਂ ਕਰਦੇ ਜੁਆਇੰਟ ਡਾਇਰੈਕਟਰ ਬਣਾ ਦਿੱਤਾ, ਫਿਰ ਡਾਇਰੈਕਟਰ ਆਫ ਐਗਰੀਕਲਚਰ ਬਣਾ ਗਿਆ, ਡਾਇਰੈਕਟਰ ਆਫ ਐਗਰੀਕਲਚਰ ਬਣ ਕੇ ਤਾਂ ਮੈਂ ਫਿਰ ਉਹ ਬੜੂ ਸਾਹਿਬ ਦਾ ਕਾਫੀ ਕੰਮ ਕੀਤਾ, ਰਿਟਾਇਰ ਹੋਇਆ
ਤਾਂ ਮੈਂ ਸਿੱਧਾ ਬੜੂ ਸਾਹਿਬ ਆਇਆ। ਮੈਂ ਨਾ ਦੇਖੋ ਮੇਰੇ ਵਰਗਾ ਰਿਟਾਇਰ ਆਦਮੀ ਜਾਂ ਡਾਇਰੈਕਟਰ ਆਫ ਐਗਰੀਕਲਚਰ ਕੋਠੀਆਂ ਪਾਲਦਾ ਚੰਡੀਗੜ੍ਹ, ਅਖਬਾਰਾਂ ਪੜ੍ਹ ਛੱਡਦਾ, ਤੁਹਾਡੀ ਕਸੀਟ ਛੱਡਦਾ। ਮੈਂ ਉੱਥੋਂ ਪੈਦਲ ਆਪਾਂ ਡਾਇਰੈਕਟਰ ਕੋਲ 5-7 ਗੱਡੀਆਂ ਹੁੰਦੀਆਂ ਸੀ ਜਿਹਦੇ ਜ਼ਿਆਦਾ ਸੀ। ਹੁਣ ਮੈਂ ਬੜੂ ਸਾਹਿਬ ਬੱਸ 'ਤੇ ਆ ਰਿਹਾ ਸੀ, ਤੁਸੀਂ ਜਸਟ ਬੈਜਮੇਨ ਸਾਰ ਚੀਫ ਮਿਨਿਸਟਰ ਸਾਹਿਬ ਗਿਆਨੀ ਜੀ ਕਹਿਣ ਲੱਗ ਪਏ ਸੀ, ਅਤੇ ਜਿਹੜੇ ਸੀ ਛੋਟੇ ਪੀਏ ਨੇ ਉਹ ਮੈਨੂੰ ਬਾਬਾ ਕਹਿਣ ਲੱਗ ਪਏ ਸੀ, ਬਾਬਾ ਜੀ। ਉਹਨਾਂ ਨੇ ਫੇਅਰਵੈਲ ਦੇਣ ਵਾਸਤੇ ਰਿਟਾਇਰਮੈਂਟ, ਜਦੋਂ ਰਿਟਾਇਰ ਆਦਮੀ ਹੁੰਦਾ ਨਾ ਕੋਈ ਨਹੀਂ ਪੁੱਛਦਾ, ਹੁਣ ਚਾਹ ਪਲਾਉਂਦੇ ਤਾਂ ਤੋਰਦੇ ਨੇ। ਉਹਨਾਂ ਨੇ ਕਿਹਾ ਹੁਣ ਗਿਆਨੀ ਜੀ ਕੋਲ ਇੰਨੀਆਂ ਕਾਰਾਂ ਹੁੰਦੀਆਂ ਸੀ, ਇਹ ਬੜੂ ਸਾਹਿਬ ਬੱਸ 'ਤੇ ਜਾਣਗੇ। ਉਹਨਾਂ ਸਾਰਿਆਂ ਨੇ ਸਲਾਹ ਕੀਤੀ ਕਿ ਇਹਨਾਂ ਨੂੰ ਆਪਾਂ ਮਰੂਤੀ ਬੈਗਰ ਨਵੀਂ ਚੱਲੀ ਸੀ 75,000 ਦੀ, ਵੀ ਨਵੀਂ ਲੈ ਕੇ ਦਈਏ। ਸਾਰਿਆਂ ਨੇ ਪੀਏ ਤੋਂ ਲੈ ਕੇ ਜਾਇੰਟ ਡਾਇਰੈਕਟਰ ਤੱਕ ਸਾਰੇ ਇੰਸਪੈਕਟਰਾਂ ਨੇ ਕੰਟਰੀਬਿਊਟ ਕਰਕੇ ਸਾਨੂੰ ਨਵੀਂ ਵੈਗਨ ਦੇ ਉੱਤੇ ਬਿਠਾ ਕੇ ਬੜੂ ਸਾਹਿਬ ਭੇਜਿਆ। ਆ ਕੇ ਗੁਰਮੁਖ ਅਸੀਂ 1986 'ਚ 5 ਬੱਚਿਆਂ ਨਾਲ ਸ਼ੁਰੂ ਕੀਤਾ ਸੀ, ਸਕੂਲ ਸ਼ੁਰੂ ਕੀਤਾ। ਉਹਦੇ ਸਿੰਪਲ ਡਰੈਸ ਸੀ ਭਾਈ, ਕੋਈ ਵੈਸਟਰਨ ਡਰੈਸ ਨਹੀਂ ਹੋਏਗਾ, ਚੂੜੀਦਾਰ ਪਜਾਮਾ ਹੋਏਗਾ, ਸਫੈਦ ਕਮੀਜ਼ ਹੋਏਗੀ, ਗੋਲ ਦਸਤਾਰ ਹੋਏਗੀ, ਭਾਵੇਂ ਲੜਕਾ ਹੋਏ ਲੜਕੀ ਹੋਏ। ਦੂਸਰਾ ਇਹ ਸੀ ਕਿ ਜਦੋਂ ਬੱਚਾ ਸਿਆਣਾ ਹੋ ਜਾਏਗਾ, ਜਰਾ ਉਮਰ ਜ਼ਿਆਦਾ ਹੋ ਜਾਏਗੀ, 5-5 'ਚ ਉਹਨੂੰ ਅੰਮ੍ਰਿਤ ਛਕਣਾ ਪਏਗਾ। ਤੀਸਰੀ ਇਹ ਸੀ ਕਿ ਵੈਜੀਟੇਰੀਅਨ ਡਾਇਟ ਹੋਏਗੀ। ਤੀਸਰਾ ਗੁਰਦੁਆਰੇ ਸਵੇਰੇ ਸ਼ਾਮ ਜਾਣਾ ਪਏਗਾ, ਨਿਤਨੇਮ ਕਰਨਾ ਪਏਗਾ। ਇਹ ਤਿੰਨੇ ਚੀਜ਼ਾਂ ਬੜੀ ਕੰਡੀਸ਼ਨਾਂ ਬੜੀ ਟਫ ਸਨ। ਸਾਨੂੰ ਕਹਿੰਦੇ ਤੁਹਾਡਾ ਸਕੂਲ ਨਹੀਂ ਚੱਲਣਾ ਮਹਾਰਾਜ, ਤੁਹਾਡਾ ਐਡਾ ਤੁਹਾਨੂੰ। ਖੈਰ ਅਗਲੇ ਸਾਲ ਵਿਗੜੇ ਬੱਚੇ ਆ ਉਹ ਸੁਧਰ ਗਏ, ਜਿਹੜੇ ਬੱਚੇ ਸਾਰੇ ਸੁਧਰ ਲੱਗ ਪਏ, ਤਾਂ 1400 ਬੱਚਾ ਹੋ ਗਿਆ। ਫਿਰ 10 ਮੁਲਕਾਂ 'ਚੋਂ ਆ ਗਿਆ, ਤੁਹਾਡੇ ਕਨੇਡਾ ਤੋਂ ਵੀ, ਟਰੰਟੋ ਤੋਂ ਵੀ ਬਥੇਰੇ ਗਏ, ਕਈ ਸਾਰੇ ਸਾਰੇ ਉੱਥੇ ਸੁਧਰ ਕੇ ਵੀ ਆਏ, ਕਈ ਗਾਲਾਂ ਕੱਢ ਕੇ ਵੀ ਆਏ, ਵੀ ਉੱਥੇ ਦੇਖੋ ਜੀ ਉਹਦੀ ਬੜੀ ਸਖਤੀ ਆ। ਖੈਰ ਐਨੀ ਹਾਂ, ਸਾਡੇ ਰਿਜ਼ਲਟ ਜਦੋਂ ਆਏ ਸਰਨਾਵਰ ਨਾਲੋਂ, ਜਦੋਂ 12ਵੀਂ ਜਮਾਤ ਦੇ CBSE ਦੇ ਸੈਂਟਰ ਬੋਰਡ ਦਾ ਸਕੂਲ ਆ ਇਹ, ਅਤੇ ਜੋ ਆਏ ਰਿਜ਼ਲਟ, ਅਤੇ ਉਦੋਂ ਸਾਡੇ ਸਰਨਾਵਰ ਨਾਲੋਂ ਵੀ ਚੰਗੇ ਆਏ, ਸ਼ਿਮਲੇ ਦੇ ਵਿਸ਼ਵ ਕਾਟਨ ਨਾਲ ਬੜੇ ਬੜੇ ਸਕੂਲਾਂ ਨਾਲ ਚੰਗੇ ਆਏ, ਟਾਪ 'ਤੇ ਆਏ, ਮਸੂਰੀ ਔਰ ਡੇਢ ਟਾਪ 'ਤੇ ਸਾਡੇ ਸਕੂਲ ਮਸ਼ਹੂਰ ਹੋ ਗਿਆ। ਮਸ਼ਹੂਰ ਹੋ ਗਿਆ, ਫਿਰ ਲੋਕਾਂ ਨੇ ਕਿਹਾ ਜੀ ਪੰਜਾਬ 'ਚ ਵੀ ਖੋਲ੍ਹੋ। ਅਸੀਂ ਪਹਿਲੇ ਮੁਕਤਸਰ ਖੋਲ੍ਹਿਆ, ਉਹ ਟਾਪ 'ਤੇ ਸਕੂਲ ਗਿਆ, ਉੱਥੇ ਕ੍ਰਿਸ਼ਚਨ ਸਕੂਲ ਵੀ ਸੀ, DAV ਹੋਰ ਵੀ ਕਈ ਸਕੂਲ ਸੀ, 35 ਸਕੂਲਾਂ ਦੇ ਵਿੱਚੋਂ ਟਾਪ 'ਤੇ ਸੀ। ਸੋ ਹੁਣ 129 ਅਕੈਡਮੀਆਂ ਤੁਹਾਡੀਆਂ ਚੱਲ ਰਹੀਆਂ ਨੇ, ਅਤੇ ਹੁਣ ਅਕਾਲ ਯੂਨੀਵਰਸਿਟੀ ਇਸਟੈਬਲਿਸ਼ ਕਰਨ ਜਾ ਰਹੇ ਹੋ, ਅਕਾਲ ਯੂਨੀਵਰਸਿਟੀ ਇਸਟੈਬਲਿਸ਼ ਕਰਨ ਦਾ ਮੁੱਖ ਮਕਸਦ ਕੀ ਹੈਗਾ ਬਾਬਾ ਜੀ? ਦੇਖੀਏ, ਅਕਾਲ ਸਾਨੂੰ, ਮੈਂ ਤੁਹਾਨੂੰ ਦੱਸਦਾ, ਔਰ ਸਾਡੇ ਸਾਨੂੰ ਅਟਰਨਲ ਯੂਨੀਵਰਸਿਟੀ ਵੀ ਹੈ ਉੱਥੇ ਬੜੂ ਸਾਹਿਬ ਜੀ, ਹਿਮਾਚਲ ਗੌਰਮੈਂਟ ਨੇ ਅਟਰਨਲ ਯੂਨੀਵਰਸਿਟੀ ਦਿੱਤੀ ਹੋਈ ਆ, ਉੱਥੇ ਸਕੂਲ ਵੀ ਆ। ਫੰਕਸ਼ਨ ਹੁੰਦਾ ਐਨੂਅਲ, ਉਹਦੇ ਵਿੱਚ ਬਹੁਤ ਅੱਛਾ ਫੰਕਸ਼ਨ ਹੁੰਦਾ, ਅਤੇ VIP ਵੀ ਆਉਂਦੇ ਨੇ ਉੱਥੋਂ, ਦਿੱਲੀ ਤੋਂ, ਪੰਜਾਬ 'ਚੋਂ ਵੀ ਆਏ ਗਏ, ਸ਼ਿਮਲੇ 'ਚੋਂ ਵੀ, ਅਤੇ ਪੰਜਾਬ ਤੋਂ ਉਸ ਵੇਲੇ ਡਿਪਟੀ ਆਪਣਾ ਚੀਫ ਮਿਨਿਸਟਰ ਆਇਆ ਹੋਇਆ ਸੀ, ਬਾਕੀ ਜਦੋਂ ਬੋਲ ਕੇ ਉੱਠੇ ਜਦੋਂ ਉਹਦੀ ਵਾਰੀ ਬੋਲਣ ਦੀ ਆਈ, ਉਹ ਰਹਿ ਨਹੀਂ ਸਕਿਆ ਬੋਲਣ ਤੋਂ, ਕਹਿੰਦਾ ਇਹ ਐਸਾ ਵੰਡਰਫੁੱਲ ਐਜੂਕੇਸ਼ਨ ਹੋ ਰਹੀ ਆ, ਅਸੀਂ ਚਾਹਵਾਂਗੇ ਬਾਬਿਆਂ ਨੂੰ ਬੇਨਤੀ ਕਰਾਂਗੇ ਇੱਕ ਅਕਾਲ ਯੂਨੀਵਰਸਿਟੀ ਪੰਜਾਬ 'ਚ ਵੀ ਖੋਲ੍ਹ ਦੇਣ ਜੀ। ਉੱਥੋਂ ਸ਼ੁਰੂ ਹੋਇਆ, ਅਸੀਂ ਗਏ ਪੰਜਾਬ 'ਚ, ਪੰਜਾਬ 'ਚ ਜਾ ਕੇ ਸਾਨੂੰ ਕਹਿੰਦੇ ਧੂਰੀਵਾਲ ਤੇ ਕਹਿੰਦੇ ਮਾਨਸਾ ਮਹਾਦੂ ਤੇ, ਅਸੀਂ ਫਿਰ ਸਲਾਹ ਕੀਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕਿਹਾ ਹੋਇਆ ਸੀ ਉਸ ਵੇਲੇ, ਜਦੋਂ 25 ਸਿੱਖ ਭੇਜੇ ਸੀ ਨਾ ਧੀਰਮਲ ਕੋਲ ਬੀੜ ਲੈਣ ਵਾਸਤੇ, ਉਹਨੂੰ ਇਨਕਾਰ ਕੀਤਾ, ਮਹਾਰਾਜ ਨੇ ਆਪ ਉੱਥੇ ਲਿਖਾਈ ਬੀੜ, ਹਾਂਜੀ, ਜਿਹੜੀ ਹੁਣ ਐਸੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਉੱਥੇ ਲਿਖਾਈ ਸੀ। ਭਾਈ ਮਨੀ ਸਿੰਘ ਨੇ ਪਾਏ, ਆਪਾਂ ਉਹਨਾਂ 4 ਉਤਾਰੇ ਵੀ ਕੀਤੇ ਸੀ ਬਾਬਾ ਦੀਪ ਸਿੰਘ ਨੇ, ਇਸੇ ਬੀੜ ਨੂੰ ਹਜ਼ੂਰ ਸਾਹਿਬ ਲਿਜਾ ਕੇ ਗੁਰਗੱਦੀ ਦਿੱਤੀ ਸੀ। ਜਿਹੜੇ ਇਹ ਅਸੀਂ ਇਹ ਸੀ ਮਹਾਰਾਜ ਨੇ ਉਸ ਵੇਲੇ ਇਹ ਲਿਖਿਆ ਸੀ, ਇਹ ਪ੍ਰਗਟ ਹੋ ਮਾਰੀ ਕਾਸ਼ੀ ਪੜ੍ਹੇਂਗੇ ਜਹਾਂ ਢੋਰ ਮਸਰਾ ਸੀ, ਉਹ ਜਿਹੜਾ ਭਵਿੱਖਤ ਵਾਕ ਸੀ। ਅਸੀਂ ਕਿਹਾ ਤਿੰਨ ਤਾਂ ਪੂਰੇ ਹੋ ਗਏ ਸੀ ਡੱਲੇ ਨੂੰ, ਕਿਹਾ ਸੀ ਇਹ ਚੌਥਾ ਰਹਿੰਦਾ ਸੀ, ਅਸੀਂ ਕਿਹਾ ਜੇ ਜਰੂਰੀ ਅਸੀਂ ਖੋਲ੍ਹਣੇ ਤਾਂ ਉੱਥੇ ਕਿਉਂ ਖੋਲ੍ਹੀਏ, ਉਹ ਸਾਡੇ ਕੋਲ 37 ਏਕੜ ਜ਼ਮੀਨ ਚਾਹੀਦੀ ਸੀ,
ਉੱਥੇ ਬਾਬਾ ਮਿੱਠਾ ਸਿੰਘ ਕੋਲ ਜ਼ਮੀਨ ਸੀ, ਉਹ ਵੀ ਸਾਡੀ ਸੰਪਰਦਾ ਕੋਲ ਸੀ, ਉਹ ਇੱਕ ਗੁਰਦੁਆਰੇ ਦੀ ਨੀਂਹ ਪੱਥਰ ਰੱਖ ਕੇ ਉਹ ਮੇਰੇ ਕਮਰੇ ਸੱਜੇ ਪਾਸੇ ਬੈਠੇ ਸੀ, ਖੱਬੇ ਪਾਸੇ ਉਹ ਜਥੇਦਾਰ ਸੀ ਆਨੰਦਗੜ੍ਹ, ਕਿਉਂਕਿ ਉੱਥੋਂ ਪੰਜਵਾਂ ਤਖ਼ਤ ਹੈ ਨਾ, ਉਹ ਜਥੇਦਾਰ ਬੈਠੇ। ਮੈਂ ਗੱਲ ਕੀਤੀ, ਬਾਬਾ ਜੀ ਸਾਨੂੰ ਯੂਨੀਵਰਸਿਟੀ ਪੰਜਾਬ ਗੌਰਮੈਂਟ ਬਣਾਉਣ ਵਾਸਤੇ ਕਿਹਾ, ਅਤੇ ਅਸੀਂ ਚਾਹੁੰਦੇ ਹਾਂ ਵੀ ਯੂਨੀਵਰਸਿਟੀ ਕਾਹਦੀ ਬਣਾਉਣੀ ਆ, ਗੁਰੂ ਕਾਹੀ ਬਣਾਈਏ, ਉੱਥੇ ਬਾਕੀ ਤਾਂ ਕਾਲਜ ਤਾਂ ਹੋਣਗੇ ਠੀਕ ਹੈ, ਮੈਡੀਕਲ ਇੰਜੀਨੀਅਰ ਵਗੈਰਾ ਜੋ ਆਮ, ਸਭ ਤੋਂ ਵੱਡਾ ਇਹ ਹੋਏਗਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀਆਂ ਜ਼ਬਾਨਾਂ 'ਚ ਭਾਸ਼ਾ 'ਚ ਟਰਾਂਸਲੇਟ ਕਰਾਂਗੇ, ਸਕਾਲਰ ਪੈਦਾ ਕਰਾਂਗੇ, ਉਹਨਾਂ ਲਈ ਫੰਡ ਪੈਦਾ ਕਰਨਗੇ, ਉਹ ਜਾ ਕੇ ਪ੍ਰਚਾਰ ਕਰਨਗੇ, ਤਾਂ ਜਾ ਉਹਨਾਂ ਨੂੰ ਫਿਕਰ ਨਾ ਰਹੇ ਫੈਮਿਲੀ ਦਾ, ਔਰ ਫਿਰ ਸਾਰੇ ਧਰਮਾਂ ਦੀ ਸਪਿਰਚੁਅਲਿਟੀ ਲੈ ਕੇ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਕੰਪੇਅਰ ਕਰੀਏ। ਗੁਰੂ ਗ੍ਰੰਥ ਸਾਹਿਬ ਇਜ਼ ਐਨ ਇੰਟਰਫੇਥ, ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਵੇਲੇ ਦਸਾਂ ਗੁਰੂਆਂ ਤੋਂ ਸਿਰਫ 6 ਗੁਰੂ ਸਾਹਿਬ ਦੀ ਬਾਣੀ ਦੱਸਦੇ ਆ, ਬਾਕੀ 18 ਭਗਤ ਨੇ, 3 ਫਾਰ 15 ਭਗਤ, 3 ਸਿੱਖ ਨੇ, 18 ਹੋਏ, ਉਹਨਾਂ 'ਚੋਂ ਮੈਂ ਨਾ 5 ਮੁਸਲਮਾਨਾਂ ਦੀ ਬਾਣੀ ਦਰਜ ਆ, ਉੱਚਕੋਟੀ ਬ੍ਰਾਹਮਣਾਂ ਦੀ ਦਰਜ ਆ, 11 ਭੱਟ ਜਿਹੜੇ ਉਹਨਾਂ ਦੇ ਉੱਚਕੋਟੀ ਬ੍ਰਾਹਮਣ, ਉਹਨਾਂ ਦੀ ਬਾਣੀ ਦਰਜ ਆ। ਬਿਲਕੁਲ, ਸੋ ਬਾਬਾ ਜੀ ਜਿਸਾ ਤੁਸੀਂ ਕਹਿ ਰਹੇ ਹੋ ਕਿ ਇੰਟਰਫੇਥ ਦਾ ਇਹ ਹੈਗਾ ਸੁਮੇਲ ਹੈਗਾ, ਤੁਹਾਡੇ ਐਕਸਪੀਰੀਅੰਸ ਦੇ ਵਿੱਚ ਇੱਕ ਚੰਗਾ ਸਿੱਖ ਕਿਵੇਂ ਬਣਿਆ ਜਾ ਸਕਦਾ, ਕਿਉਂਕਿ ਅੱਜ ਬਹੁਤ ਸਾਰੀ ਕਨਫਿਊਜ਼ਨ ਜੋ ਹੈ ਦੇਖੀ ਜਾ ਰਹੀ ਹੈ ਸਿੱਖਾਂ 'ਚ, ਪਤਾ ਨਹੀਂ ਲੱਗ ਰਿਹਾ, ਸੋ ਬ੍ਰੀਫਲੀ ਮੈਂ ਚਾਹਾਂਗਾ ਇਹਦੇ ਬਾਰੇ ਜ਼ਰੂਰ ਦੱਸੋ ਕਿ ਤੁਹਾਡੇ ਐਕਸਪੀਰੀਅੰਸ ਅਨੁਸਾਰ ਇੱਕ ਵਿਅਕਤੀ ਨੇ ਚੰਗਾ ਸਿੱਖ ਬਣਿਆ ਕਿਵੇਂ ਬਣ ਸਕਦਾ। ਉਹ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਵੇਲੇ ਜੀ ਜੋ ਬਾਣੀ 'ਚ ਆ, ਬਾਣੀ ਪੜ੍ਹ ਕੇ ਉਹਦੇ ਬਚਨਾਂ ਨੂੰ ਸੱਤ ਸੱਤ ਹਿਰਦੇ 'ਚ ਵਸਾਵੇ, ਕਿਸੇ ਨੂੰ ਨਿੰਦਿਆ ਚੁਗਲੀ ਨਾ ਕਰੇ, ਕਿਸੇ ਨੂੰ ਕਿੰਨਾ ਨਾ ਕਰੇ, ਪਹਿਲੇ ਆਪ ਸਿੱਖ ਚੰਗਾ ਪੜ੍ਹੇ, ਉਹ ਆਪ ਚੰਗਾ ਹੋਏਗਾ, ਉਹਦੇ ਵੱਲ ਦੇਖ ਕੇ ਦੂਸਰੇ ਰੋਲ ਮਾਡਲ ਬਣ ਜਾਣ ਲੱਗੇ, ਅਸੀਂ ਦੂਸਰੇ ਨੂੰ ਕ੍ਰਿਟੀਸਾਈਜ਼ ਕਰ ਲਿਆ। ਕਹਿੰਦਾ ਪਿਆ ਵੀ ਬਾਣੀ ਅਨੁਸਾਰ ਆਪਣਾ ਜੀਵਨ ਟਾਲੇ ਜੀ, ਅੰਮ੍ਰਿਤ ਛਕੇ, ਔਰ ਜੋ ਗੁਰੂ ਦੇ ਫਰਮਾਇਆ ਉਹ ਗੁਰੂ ਦੇ ਬਚਨਾਂ ਚੱਲੇ, ਅਤੇ ਫਿਰ ਉਹ ਚੰਗਾ ਸਿੱਖ ਬਣ ਸਕਦਾ। ਮੈਂ ਕਹਿੰਦਾ ਉਹ ਸਿੱਖ ਦੇ ਅੱਗੇ ਸਾਰੀ ਦੁਨੀਆ ਨਿਮਦੀ ਆ। ਮੈਂ ਪੁਰਾਣੇ ਵਕਤਾਂ ਦੇ ਵਿੱਚ ਮੈਂ ਜੋ ਛੋਟਾ ਹੁੰਦਾ ਸੀ, ਭਾਵੇਂ ਮੁਸਲਮਾਨ ਹੁੰਦਾ ਸੀ, ਭਾਵੇਂ ਹਿੰਦੂ ਹੁੰਦਾ ਸੀ, ਉਹ ਸਿੱਖ ਨੂੰ ਦੇਖ ਕੇ ਦੋਨੋਂ ਜੋੜ ਕੇ ਅਤੇ ਸਿਰ ਮੱਥਾ ਟੇਕਦੇ ਹੁੰਦੇ ਸੀ ਵੀ ਇਹ ਪਰਮਾਤਮਾ ਦਾ। ਤਾਂ ਇੱਕ ਸਿੱਖ ਤਾਂ ਹੀ ਉਹ ਚੰਗਾ ਬਣ ਸਕਦਾ ਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਸ਼ੇ ਦੇ ਚੱਲੇ। ਸਵੇਰ ਦੇਖੋ ਅੰਮ੍ਰਿਤ ਛਕੇ, ਸਵੇਰ ਅੰਮ੍ਰਿਤ ਛਕ ਕੇ ਫਿਰ ਅੰਮ੍ਰਿਤ ਵੇਲੇ ਉੱਠੇ, ਪੰਜਾਂ ਮਣੇ ਦੇ ਨਿਤਨੇਮ ਕਰੇ, ਵਾਹਿਗੁਰੂ ਦਾ ਨਾਮ ਜਪੇ, ਸ਼ਾਮ ਨੂੰ ਰਹਿ ਰਸ ਕਰੇ, ਚੱਲਦਿਆਂ ਵਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ, ਮਾਰਗੁਰ ਸਤਿਗੁਰ ਕਾ ਜੋ ਸਿੱਖ ਖਾ ਭਲ ਕੇ ਉੱਠ ਨਾ, ਉਸ ਪੰਕਤੀ 'ਤੇ ਚੱਲੇ। ਸੋ ਬਾਬਾ ਜੀ ਅੱਜ ਇਹ ਸਾਰਾ ਕੁਝ ਹੋ ਤਾਂ ਰਿਹਾ, ਲੇਕਿਨ ਉਸਦਾ ਐਂਡ ਰਿਜ਼ਲਟ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਵਾਦ ਵਿਵਾਦ ਜ਼ਿਆਦਾ ਪੈ ਰਿਹਾ, ਅਤੇ ਖਾਸ ਤੌਰ 'ਤੇ ਨਵੀਂ ਪਨੀਰੀ ਜਿਹੜੀ ਹੈ ਉਸਨੂੰ ਕਿਵੇਂ ਅਸੀਂ ਹੋਰ ਜੋੜ ਸਕਦੇ? ਨਹੀਂ ਇਹ ਹੋ ਨਹੀਂ ਰਿਹਾ, ਤੁਸੀਂ ਕਹਿੰਦੇ ਹੋ ਰਿਹਾ, ਖਾਵੇ ਦਾ ਹੋ ਰਿਹਾ, ਉਹ ਤਾਂ ਹੈ ਹੋ ਨਹੀਂ ਰਿਹਾ ਜੀ। ਅਗਰ ਅਸੀਂ ਸੱਚੇ ਸਿੱਖ ਬਣ ਜਾਈਏ, ਮੈਂ ਕਹਿੰਦਾ ਸਾਡੇ ਵੱਲ ਦੇਖ ਕੇ ਗੋਰੇ ਸਿੱਖ ਬਣ ਜਾਣਗੇ ਤੁਹਾਡੇ, ਗੋਰੇ ਕਹਿਣਗੇ ਦੇ ਆਰ ਆਈਡੀਅਲ ਪਰਸਨਸ, ਅਤੇ ਤੁਹਾਡੀ ਪਨੀਰ ਤਾਂ ਆਪੇ ਸੁਧਰ ਜਾਏਗੀ। ਲੈ ਸਾਡੇ ਹੁਣ ਬੱਚੇ ਜਿਹੜੇ ਨੇ, ਤੁਸੀਂ ਹੈਰਾਨ ਹੋਵੋਗੇ, ਬੱਚਿਆਂ ਨੇ ਮਾਂ ਪਿਓ ਦੀਆਂ ਸ਼ਰਾਬਾਂ ਪਿਸ਼ਾਬ ਛੜਾਤੀਆਂ ਔਰ ਕੇਸਰ ਖਾਤੇ, ਜਿੱਥੇ ਸਾਡਾ ਸਕੂਲ ਖੁੱਲਦਾ CID ਦੀ ਆਪਣਾ CBI ਦੀ ਕਾਨਫਰੰਸ਼ਨਲ ਰਿਪੋਰਟ ਹੈ ਜਿਹੜੀ ਗੌਰਮੈਂਟ ਹੱਡੀ ਹੈ ਦੀ, ਉਹਦੇ 25-30 ਕਿਲੋਮੀਟਰ ਰੇਡੀ ਦੇ ਵਿੱਚ ਕ੍ਰਾਈਮ ਘੱਟ ਜਾਂਦੇ ਨੇ, ਨਸ਼ੇ ਘੱਟ ਜਾਂਦੇ ਨੇ ਬੱਚਿਆਂ ਦੀ ਵਜ੍ਹਾ ਨਾਲ, ਬੱਚੇ ਜਾ ਕੇ ਮਾਂ ਪਿਓ ਨੂੰ ਮਿਹਣੇ ਮਾਰ ਕੇ ਸ਼ਰਾਬਾਂ ਵਿਛਾੜਾ ਦੇ। ਸੋ ਉਹੀ ਆ ਗਈ ਗੱਲ ਬਾਬਾ ਜੀ ਕਿ ਕਥਨੀ ਤੇ ਕਰਨੀ, ਰੋਲ ਮਾਡਲ ਹੋਣਾ ਚਾਹੀਦਾ। ਸੋ ਉਹ ਰੋਲ ਮਾਡਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅੱਜ ਜੋ ਅਸੀਂ ਕਰ ਰਹੇ ਹੈਗੇ ਆ ਉਹਦੇ ਵਾਸਤੇ, ਜਿਸ ਤਰ੍ਹਾਂ ਤੁਸੀਂ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਤਾਂ ਟੇਕ ਰਹੇ ਹਾਂ, ਪਰ ਉਹ ਆਈਡੀਅਲ ਸਿੱਖ ਬਣਨ ਵਾਸਤੇ ਤੁਸੀਂ ਜੋ ਗੱਲ ਕਹੀ, ਹੋਰ ਕੀ ਕਰਨ ਦੀ ਲੋੜ ਇਹਦੇ ਵਾਸਤੇ? ਕਰਨ ਦੀ ਲੋੜ ਹੈ ਕਿ ਬੱਚਿਆਂ ਨੂੰ ਤੁਸੀਂ ਸੰਭਾਲੋ, ਬੱਚਿਆਂ ਨੂੰ ਅਗਰ ਅੱਛੀ ਵਿੱਦਿਆ ਦਿਓ ਜੀ, ਚੰਗਾ ਬਣਾਵੋ। ਜਿਸ ਤਰ੍ਹਾਂ ਮੈਂ ਦੱਸਿਆ, ਮੇਰੀ ਮਾਂ ਨੇ ਮੈਨੂੰ ਇਹ ਕਹਾਣੀ ਸੁਣਾਈ, ਤਾਂ ਅੱਜ ਮੈਂ ਇੱਥੇ ਪਹੁੰਚਾਂ। ਗੁਰਮੁਖ ਇਹ ਸਾਡਾ ਦੇਖਿਆ ਕਿ ਸਾਡੇ ਸਕੂਲ ਦੇ ਬੱਚਿਆਂ ਨੇ ਜੀ ਆਪਣੇ ਮਾਂ ਪਿਓ ਨੂੰ ਸੁਧਾਰਤਾ, ਕਹਿਣ ਦੀ ਲੋੜ ਵੀ ਨਹੀਂ, ਉਹਨਾਂ ਦਾ ਜੀਵਨ ਦੇਖ ਕੇ ਉਹ ਵਿਚਾਰੇ ਸਿੱਧੇ ਹੋ ਗਏ। ਤੋ ਇਸ ਵੇਲੇ ਇਹ ਆ ਕਿ ਇੱਕ ਕੌਨਫੀਡੈਂਸ ਰਿਪੋਰਟ ਆ ਸਾਰੀ ਗੌਰਮੈਂਟ ਦੀ ਭਈ 70% ਜੋ ਸਿੱਖੀ ਦਾ ਪ੍ਰਚਾਰ ਆ, ਗੁਰਮੁਖ ਦਾ ਪ੍ਰਚਾਰ, ਉਹ ਸਾਡੀਆਂ ਅਕੈਡਮੀਆਂ ਕਰ ਰਹੀਆਂ ਨੇ ਪੰਜਾਬ 'ਚ, 30% ਜਿਹੜਾ ਆ ਬਾਕੀ ਦੇ ਕਹਿੰਦੇ ਨੇ ਆਰਗਨਾਈਜੇਸ਼ਨ ਕਰ ਰਹੀਆਂ ਨੇ।
ਕਿਉਂਕਿ ਕਿਉਂਕਿ ਸਕੂਲ ਜਾ ਕੇ ਬੱਚੇ ਜਾ ਕੇ ਜੋ ਦੇਖਦੇ ਨੇ ਸੋ ਪਰਿਵਰਤਨ ਜਿਹੜਾ ਆ ਰਿਹਾ ਉਹਦੇ ਵਿੱਚ ਐਜੂਕੇਸ਼ਨ ਦਾ ਇੱਕ ਬਹੁਤ ਅਹਿਮ ਰੋਲ ਹੈ ਜਿਹਦੇ ਵਿੱਚ ਤੁਸੀਂ ਸਿੱਖੀ ਦਾ ਮੁੱਢ ਜੋ ਹੈ ਉਹ ਬੱਚਿਆਂ ਦੇ ਵਿੱਚ ਬੀਜ ਪਾ ਦਿੰਦੇ ਉਹ ਬਾਬਾ ਜੀ ਇੱਥੇ ਕੈਨੇਡਾ 'ਚ ਵਸਦੇ ਹੋਏ ਜਿਹੜੇ ਲੋਕ ਨੇ ਖਾਸ ਤੌਰ ਉੱਤੇ ਕਿਉਂਕਿ ਇੱਥੇ ਇੱਕ ਦੁਨੀਆ ਭਰ ਵਿੱਚ ਹੁਣ ਇੱਕ ਕਮਰਸ਼ਲਾਈਜੇਸ਼ਨ ਹਰ ਚੀਜ਼ ਦੀ ਜੋ ਹੋਈ ਜਾ ਰਹੀ ਹੈ ਧਰਮ ਨੂੰ ਵੀ ਅਸੀਂ ਜਿਸ ਤਰ੍ਹਾਂ ਕਮਰਸ਼ਲਾਈਜ਼ ਕਰੀ ਜਾ ਰਹੇ ਹਾਂ ਇੱਥੇ ਤੁਸੀਂ ਜੋ ਦੇਖਦੇ ਹੋ ਉਸ ਨੂੰ ਮੁੱਖ ਰੱਖਦੇ ਹੋਏ ਕਿੱਥੋਂ ਸ਼ੁਰੂਆਤ ਕੀਤੀ ਜਾਵੇ ਦੇਖੀਏ ਪਹਿਲੇ ਤਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਅੱਛੀ ਦਿਓ ਔਰ ਇਹ ਵਜਾਓ ਮੈਂ ਕਹਿੰਦਾ ਇਹ ਸਾਡੇ ਕਿਉਂ ਬੱਚੇ ਕਿਉਂ ਸਾਡੇ ਸਕੂਲ ਸਕਸੈਸਫੁਲ ਨੇ ਕਿਉਂਕਿ ਉੱਥੇ ਕੰਟਰੋਲ ਔਰ ਸੈਂਟਰ ਸੀ ਬੀ ਐੱਸ ਈ ਦਾ ਹਾਲਾਂਕਿ ਇੰਗਲਿਸ਼ 'ਚ ਅਸੀਂ ਨਰਸਰੀ ਤੋਂ ਸ਼ੁਰੂ ਕਰਦੇ ਹਾਂ ਪਰ ਨਾਲ ਪੰਜਾਬੀ ਵੀ ਕਰਦੇ ਹਾਂ ਹੋਰ ਵੀ ਕਰ ਤਾਂ ਬੱਚਿਆਂ ਨੂੰ ਅਗਰ ਤੁਸੀਂ ਇਸ ਵੇਲੇ ਮੈਂ ਕਹਿੰਦਾ ਸੰਭਾਲ ਲਓ ਬੱਚਿਆਂ ਨੂੰ ਇਹੋ ਜਿਹੀ ਐਜੂਕੇਸ਼ਨ ਦਿਓ ਆਪ ਜਿਸਾ ਮਰਜ਼ੀ ਆ ਬਣੋ ਪਰ ਬੱਚਿਆਂ ਨੂੰ ਇਹੋ ਜਿਹੀ ਕਹਾਣੀਆਂ ਸੁਣਾਓਗੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓਗੇ ਤੁਹਾਡੇ ਬੱਚੇ ਇੱਥੇ ਰਾਜ ਕਰਨਗੇ ਜੀ ਅਖੀਰ ਵਿੱਚ ਬਾਬਾ ਜੀ ਜੋ ਕੁਝ ਅਸੀਂ ਗੱਲ ਕੀਤੀ ਹੈ ਅਤੇ ਇਸ ਵਾਸਤੇ ਤੁਸੀਂ ਕੀ ਮੰਗ ਕਰਦੇ ਹੈਗੇ ਹੋ ਜਿਹੜੇ ਅੱਜ ਪ੍ਰੋਗਰਾਮ ਲੋਕ ਦੇਖ ਰਹੇ ਨੇ ਪੂਰੇ ਕੈਨੇਡਾ ਭਰ ਵਿੱਚ ਅਸੀਂ ਕਹਿੰਦੇ ਹਾਂ ਕਿ ਮੈਂ ਕਹਿ ਰਿਹਾ ਇਸ ਵੇਲੇ ਸਭ ਤੋਂ ਪ੍ਰੈਸਟੀਜ ਇਸ਼ੂ ਆ ਕਿ ਯਹੂਦੀਆਂ ਕੋਲ ਇਹ ਪ੍ਰੋਗਰਾਮ ਹੁੰਦਾ ਨਾ ਸਾਡਾ ਤਾਂ ਉਹਨਾਂ ਨੇ ਫਟਾਫਟ ਇਸ ਵੇਲੇ ਆਪਣਾ ਬਣਾ ਰਹੇ ਸੀ ਯਹੂਦੀ ਕੌਮ ਨੂੰ ਦੇਖੋ ਤਾਂ ਕਹੋ ਜਦੋਂ ਸੈਕਿੰਡ ਵਰਲਡ ਵਾਰ 'ਚ 60 ਲੱਖ ਯਹੂਦੀ ਸੜ ਗਏ ਉਹ ਇਕੱਠੇ ਹੋਏ ਕਹਿੰਦਾ ਮਨਾਰਟੀ ਕੈਨ ਨਾਟ ਸਰਵਾਈਵ ਵਿਦਾਊਟ ਕੁਆਲਿਟੀ ਉਹਨਾਂ ਨੇ ਜੈਫ ਖਰੀਦਾ ਯਹੂਦੀ ਐਜੂਕੇਸ਼ਨ ਫੰਡ ਅਤੇ ਜਿਹਦੀ ਰਗਾ ਜਿਹਦੀ ਕੌਮ ਦਾ ਹੈ ਉਹ ਇਹਦੇ 'ਚ ਦਸਵੰਧ ਪਾਏ ਪਾਏ ਜਿੱਦਾਂ ਉਹਨਾਂ ਨੇ ਉਹਦਾ ਸਕੂਲ ਕਾਲਜ ਖੋਲ੍ਹੇ ਅੱਜ ਸਭ ਤੋਂ ਜ਼ਿਆਦਾ ਟਾਪ 'ਤੇ ਯਹੂਦੀ ਕੌਮ ਹੈ ਅਗਰ ਹਰ ਇੱਕ ਸਿੱਖ ਮੈਂ ਕਹਿ ਰਿਹਾ ਰੋਟੀ ਖਾਵੇ ਨਾ ਖਾਵੇ ਕਹੋਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਕਮਾਉਣਾ ਮੈਂ ਗੁਰੂ ਕਾਸ਼ੀ ਨੂੰ ਐਸਾ ਬਣਾਉਣਾ ਆ ਕਿ ਸਾਨੂੰ ਤਾਂ ਲੋਕ ਕਹਿੰਦੇ ਨੇ ਕੈਂਬਰਿਜ ਹਾਰਵਰਡ ਯੂਨੀਵਰਸਿਟੀ ਨੂੰ ਉੱਤੇ ਬਣਾਓ ਬਣੇਗੀ ਜ਼ਰੂਰ ਬਣੇਗੀ ਜੇ ਸਿੱਖ ਸਾਡਾ ਮੈਂ ਕਹਿੰਦਾ ਸਾਥ ਹਰ ਇੱਕ ਸਿੱਖ ਅਗਰ ਦਸਵੰਧ ਕੱਢਣ ਲੱਗ ਪਏ ਮੈਂ ਕੁਛ ਵੀ ਨਹੀਂ ਕਰਦਾ ਸਿਰਫ ਦਸਵੰਧ ਹੀ ਕੱਢ ਕੇ ਇਸ ਕਾਲ ਵਾਸ ਲਾਉਣ ਲੱਗ ਪਏ ਅਤੇ ਗੁਰਮੁਖੋ ਅਸੀਂ ਦੁਨੀਆ ਚਮਕ ਜਾਵਾਂਗੇ ਕੌਮ ਚਮਕ ਜਾਏਗੀ ਲੋਕ ਇਸ ਲਿਆ ਰਸ਼ੀਆ ਸਾਰਾ ਸਿੱਖ ਹੋਣਾ ਚਾਹੁੰਦਾ ਪਰ ਉੱਥੇ ਕੋਈ ਇਹੋ ਜਿਹਾ ਪ੍ਰਚਾਰ ਕਰਨ ਵਾਲਾ ਨਹੀਂ ਹੈ ਤੋ ਕਹਿੰਦਾ ਭਾਵ ਹੈ ਵੀ ਅਗਰ ਸਾਰੇ ਸਿੱਖ ਇਸ ਤਰ੍ਹਾਂ ਕਮ ਸੇ ਕਮ ਦਸਵੰਧ ਹੀ ਕੱਢ ਲੈਣ ਤਾਂ ਉਹਦੇ ਨਾਲ ਹੀ ਸਾਰਾ ਕੰਮ ਠੀਕ ਹੋ ਜਾਏਗਾ ਅਸੀਂ 500 ਸਕੂਲ ਜੇ ਬਣਾ ਤੇ 8 ਲੱਖ ਬੱਚੇ ਜਿਹੜੇ ਗੁਰਸਿੱਖੀ 'ਚ ਹੋਣਗੇ ਜਿਹੜਾ ਕਿ ਕਮ ਸੇ ਕਮ 2 ਕਰੋੜ ਪਾਪੂਲੇਸ਼ਨ ਨੂੰ ਸੁਧਾਰਨਗੇ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ